ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪਿੰਡ ਅਨਗੜ ਮਾੜੀ ਪਨਵਾ ਤੋਂ ਕਾਂਗਰਸੀ ਵਰਕਰ ਪਾਰਟੀ ਛੱਡ ਕੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਨੌਜਵਾਨ ਆਗੂ ਡਾਕਟਰ ਰਵਜੋਤ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਤੇ ਡਾਕਟਰ ਰਵਜੋਤ ਸਿੰਘ ਦਾ ਕਹਿਣਾ ਹੈ ਕਿ ਤੁਸੀਂ ਰਵਾਇਤੀ ਪਾਰਟੀਆਂ ਕਾਂਗਰਸ ਭਾਜਪਾ ਅਕਾਲੀ ਨੂੰ ਪਰਖ ਚੁੱਕੇ ਹੋ, ਇੱਕ ਵਾਰ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ ਅਤੇ ਦਿੱਲੀ ਦੀ ਤਰਜ਼ ਤੇ ਉਨ੍ਹਾਂ ਦੀ ਪਾਰਟੀ ਪੰਜਾਬ ਵਿੱਚ ਵੀ ਕੰਮ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਪਹੁੰਚੇ ਹਾਂ। ਬੜਾ ਸਾਨੂੰ ਉਤਸ਼ਾਹ ਮਿਲਿਆ ਇਸ ਪਿੰਡ ਵਿੱਚ, ਅਤੇ ਅਸੀਂ ਅੱਜ ਸਾਡੀ ਟੀਮ ਵਿੱਚ ਇੱਕ ਨਵੀਂ ਜੁਆਇਨਿੰਗ ਹੋਈ ਹੈ, ਡਾਕਟਰ ਗੁਰਨਾਮ ਸਿੰਘ ਇਸ ਪਿੰਡੋਂ ਸਾਡੇ ਵਿੱਚ ਐਂਟਰ ਕੀਤੀ, ਆਪਣੇ ਪੂਰੇ ਪਰਿਵਾਰ, ਆਪਣੇ ਪੂਰੇ ਪਿੰਡ ਸਮੇਤ। ਮੈਂ ਇਹਨਾਂ ਦਾ ਆਪਣੀ ਪੂਰੀ ਟੀਮ ਵੱਲੋਂ, ਆਮ ਆਦਮੀ ਪਾਰਟੀ ਵੱਲੋਂ ਇਹਨਾਂ ਦਾ ਇੱਥੇ ਸਾਡੀ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਮੈਂ ਇਹਨਾਂ ਦਾ ਜੀ ਆਇਆਂ ਆਖਦਾ ਵੈਲਕਮ ਕਰਦੇ ਅਤੇ ਧੰਨਵਾਦ ਕਰਦੇ ਕਿ ਇਹਨਾਂ ਨੇ ਇੱਕ ਚੰਗੀ ਸੋਚ, ਇੱਕ ਚੰਗੀ ਪਾਰਟੀ, ਇੱਕ ਚੰਗੇ ਇੱਕ ਨਵੀਂ ਉਮੀਦ ਨੂੰ ਇਹਨਾਂ ਨੇ ਚੁਣਿਆ ਹੈਗਾ। ਕਿਹੜੀ ਪਾਰਟੀ ਛੱਡੀ ਹੈ? ਕਾਂਗਰਸ 'ਚੋਂ ਛੱਡ ਕੇ ਆਮ ਆਦਮੀ ਪਾਰਟੀ ਦਾ ਇਹਨਾਂ ਨੇ ਲੜ ਫੜਿਆ। ਮੈਂ ਸਾਰਿਆਂ ਨੂੰ ਇਸ ਮੌਕੇ 'ਤੇ, ਇਸ ਪ੍ਰੋਗਰਾਮ 'ਤੇ ਮੈਂ ਸਭ ਨੂੰ ਵਧਾਈ ਦਿੰਦਾ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹੀ ਸੁਨੇਹਾ ਹੋਰ ਵੀ ਪਿੰਡਾਂ 'ਚ, ਹੋਰ ਵੀ ਹਲਕਿਆਂ 'ਚ ਜਾਵੇ, ਕਿ ਜੋ ਜਿਹੜੀ ਰਵਾਇਤੀ ਪਾਰਟੀਆਂ ਜਿਨ੍ਹਾਂ ਨੇ ਸਾਨੂੰ ਅੱਜ ਤੱਕ ਕੁਛ ਨਹੀਂ ਦਿੱਤਾ, ਸਿਰਫ ਲਾਰਿਆਂ ਨਾਲ ਹੀ ਸਾਨੂੰ ਰੱਖਿਆ, ਲਾਰਿਆਂ 'ਤੇ ਰੱਖਿਆ ਹੋਇਆ, ਅਤੇ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਇੱਕ ਇੱਕ ਜ਼ਿੰਦਾ ਮਿਸਾਲ ਆ, ਜੋ ਉਹਨੇ ਕੰਮ ਕੀਤਾ ਦਿੱਲੀ ਵਿੱਚ, ਅਤੇ ਜਿਹੜੇ ਸਾਡੇ MP ਹੈ ਭਗਵੰਤ ਮਾਨ, ਜਿਨ੍ਹਾਂ ਨੇ 25 ਕਰੋੜ 'ਚੋਂ 25 ਕਰੋੜ ਦਾ ਪੂਰਾ ਨਾਲ ਜਿਹੜਾ ਉੱਪਰ ਵਿਆਜ ਮਿਲਿਆ ਉਹ ਵੀ 26 ਕਰੋੜ 60 ਲੱਖ ਰੁਪਏ ਆਪਣੇ ਹਲਕੇ 'ਚ ਲਾਇਆ, ਅਤੇ ਇਹੀ ਸੋਚ, ਇਹੀ ਉਮੀਦ ਲੈ ਕੇ ਸਾਰੇ ਬੰਦੇ ਸਾਡੇ ਨਾਲ ਜੁਆਇਨ ਕੀਤੇ। ਮੈਂ ਸਾਰਿਆਂ ਦਾ ਇੱਕ ਵਾਰੀ ਫਿਰ ਤਹਿ ਦਿਲ ਦੇ ਅੱਗੇ ਰਹੀਆਂ 'ਚ ਇਹਨਾਂ ਦਾ ਧੰਨਵਾਦ ਕਰਦਾ ਅਤੇ ਇਹਨਾਂ ਦਾ ਵੈਲਕਮ ਕਰਦਾ।